ਪ੍ਰੈਸ ਕਾਨਫਰੰਸ ਦੇ ਵਿੱਚ ਸਰਦਾਰ ਬਲਟੋਹਾ ਜੀ ਨੂੰ ਸੁਣਿਆ। ਉਹਨਾਂ ਨੇ ਬਹੁਤ ਹੀ ਗਲਤ ਅਪਸ਼ਬਦ ਜਿਹੜੇ ਮੇਰੇ ਬਾਰੇ ਬੋਲੇ, ਮੇਰਾ ਨਾਮ ਲੈ ਕੇ ਸਪੈਸ਼ਲ ਬੋਲੇ, ਕਿਉਂਕਿ ਜੁਲਾਈ 2020 ਦੇ ਵਿੱਚ ਜਦੋਂ ਮੈਂ ਨਿਊਜ਼ 18 'ਤੇ ਆਈ ਸੀ ਤਾਂ ਉਦੋਂ ਗੱਲ ਚੱਲੀ ਸੀ ਇਹ, ਅਤੇ ਉਹ ਉਸ ਗੱਲ ਨੂੰ ਦੁਹਰਾ ਰਹੇ ਹੈ, ਮੇਰਾ ਨਾਮ ਲੈ ਕੇ ਦੁਹਰਾ ਰਹੇ ਹੈ। ਔਰ ਜਿਸ ਚੀਜ਼ ਦਾ ਮੈਨੂੰ ਸਭ ਤੋਂ ਦੁੱਖ ਹੋਇਆ ਉਹ ਸੀ ਉਹਨਾਂ ਦੀ ਭਾਸ਼ਾ, ਉਹਨਾਂ ਦੇ ਸ਼ਬਦ ਜੋ ਉਹਨਾਂ ਨੇ ਮੇਰੇ ਲਈ ਵਰਤੇ। ਮੈਂ ਸਰਦਾਰ ਬਲਟੋਹਾ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੀ ਹਾਂ ਵੀ ਉਹਨਾਂ ਨੇ ਕਿਹਾ ਵੀ ਅੱਜ ਅਸੀਂ ਰੌਲਾ ਰੌਲਾ ਪਾ ਕੇ ਉਸ ਨੂੰ ਅਸੀਂ ਝੂਠੀ ਸਾਬਤ ਕਰਤਾ, ਪਰ ਜਿਹੜੀ ਗੱਲ ਉਦੋਂ ਮੈਂ ਬੋਲੀ, ਮੈਂ ਵੀ ਤਾਂ ADGP ਸ਼ਸ਼ੀਕਾਂਤ ਸਾਹਿਬ ਜੀ ਦਾ ਹਵਾਲਾ ਦੇ ਕੇ ਗੱਲ ਬੋਲੀ ਸੀ, ਉਹੀ ਗੱਲ ਅੱਜ ਉਹ ਖੁਦ ਵੀ ਬੋਲ ਰਹੇ ਆ। ਔਰ ਨਾਮ ਲੈ ਕੇ ਬੋਲ ਰਿਹਾ ਸ਼ਸ਼ੀਕਾਂਤ ਜੀ ਦਾ ਵੀ ਉਹ ਵੀ ਉਦੋਂ ਇਹੀ ਗੱਲ ਕਹਿੰਦੇ ਸੀ, ਬਾਦਲ ਸਾਹਿਬ ਦਾ ਨਾਂ ਰੱਖਦੇ ਸੀ ਅਤੇ ਬਾਅਦ ਦੇ ਵਿੱਚ ਉਹ ਮੁੱਕਰ ਗਏ। ਇਹ ਗੱਲ ਵੀ ਉਹ ਖੁਦ ਹੀ ਕਹਿ ਰਹੇ ਆ, ਉਹ ਮੁੱਕਰੇ ਪਹਿਲਾਂ ਨਹੀਂ ਸੀ, ਜਦੋਂ ਮੇਰੇ ਵਾਲਾ ਜਦੋਂ ਮੈਂ ਬੋਲਿਆ ਸੀ ਉਹਨਾਂ ਦਾ ਨਾਮ ਲੈ ਕੇ ਉਸ ਤੋਂ ਬਾਅਦ ਮੁੱਕਰੇ ਸੀ ਉਹ। ਅੱਜ ਉਹ ਦੋਨੇ ਗੱਲਾਂ ਇਹ ਮੰਨੇ ਆ, ਜੋ ਗੱਲ ਮੈਂ ਉਸ ਟਾਈਮ ਕਹੀ ਸੀ ਅੱਜ ਉਹ ਗੱਲ ਖੁਦ ਉਹ ਬੋਲ ਰਹੇ ਆ। ਕੋਈ ਵੀ ਸੁਣ ਸਕਦਾ ਜੋ ਅੱਜ ਉਹਨਾਂ ਨੇ ਪੱਤਰਕਾਰਾਂ ਨਾਲ ਜੋ ਸੰਬੋਧਨ ਕਰ ਰਹੇ ਸੀ ਉਹ, ਪਰ ਜਿਹੜੀ ਸ਼ਬਦਾਵਲੀ ਜਾਂ ਜਿਹੜੇ ਸ਼ਬਦ ਉਹਨਾਂ ਨੇ ਮੇਰੇ ਲਈ ਵਰਤੇ, ਮੈਂ ਬਲਟੋਹਾ ਸਾਹਿਬ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਡਾ ਧਰਮ ਕਿਹੜਾ ਅਤੇ ਤੁਹਾਡਾ ਗੁਰੂ ਕੌਣ ਹੈ, ਕਿਉਂਕਿ ਮੈਂ ਵੀ ਸਿੱਖ ਧਰਮ ਨਾਲ ਬਿਲੋਂਗ ਕਰਦੀ ਹਾਂ। ਮੈਂ ਸਿੱਖ ਧਰਮ ਨੂੰ, ਸਾਡੇ ਸਾਰੇ ਰਿਸ਼ਤੇਦਾਰ ਪਰਿਵਾਰ ਸਭ ਸਾਡੇ ਸਿੱਖ ਧਰਮ ਹੀ ਸਾਡਾ ਹੈ, ਸਭ ਦਾ ਸਿੱਖੀ ਨੂੰ ਸਾਰੇ ਮੰਨਦੇ ਆ। 10 ਗੁਰੂ ਸਾਹਿਬਾਨਾਂ ਦੇ ਵਿੱਚੋਂ ਕਿਸੇ ਵੀ ਗੁਰੂ ਸਾਹਿਬਾਨ ਨੇ ਸਾਨੂੰ ਅਜਿਹੀ ਭਾਸ਼ਾ ਬੋਲਣ ਵਾਸਤੇ ਨਹੀਂ ਸਿਖਾਇਆ। ਜੇ ਅੱਜ ਅਸੀਂ 10 ਗੁਰੂਆਂ ਦਾ ਜੋ ਸਰੂਪ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਸੀਂ ਉਹਨਾਂ ਨੂੰ ਮੰਨਦੇ ਹਾਂ ਜੀ, ਤਾਂ ਉਹ ਵੀ ਸਾਨੂੰ ਇਹ ਨਹੀਂ ਸਿਖਾਉਂਦੇ ਕਿ ਅਸੀਂ ਮਤਲਬ ਇੱਕ ਇੱਜ਼ਤਦਾਰ ਔਰਤ ਦੇ ਲਈ ਇਹੋ ਜਿਹੀ ਭਾਸ਼ਾ ਵਰਤਦੀ। ਗੁਰੂ ਨਾਨਕ ਦੇਵ ਜੀ ਨੇ ਤਾਂ ਸਾਨੂੰ ਇਹ ਸਿਖਾਇਆ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਅਤੇ ਫਿਰ ਜੇ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਾਂ 10 ਗੁਰੂਆਂ ਸਾਹਿਬਾਨਾਂ ਦੀ ਇਹਨਾਂ ਇੱਕ ਵਾਕ 'ਤੇ ਅਸਰ ਕਰਦੇ ਹੁੰਦੇ ਤਾਂ ਸ਼ਾਇਦ ਬਲਟੋਹਾ ਸਾਹਿਬ ਇਹੋ ਜਿਹੀ ਸ਼ਬਦਾਵਲੀ ਕਦੇ ਨਾ ਵਰਤਦੇ। ਪਰ ਮੈਨੂੰ ਲੱਗਦਾ ਵੀ ਇਹਨਾਂ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ, ਕੋਈ ਇਹਨਾਂ ਦਾ ਗੁਰੂ ਨਹੀਂ ਹੁੰਦਾ, ਇਸ ਕਰਕੇ ਹੀ ਇਹ ਭੜਕੇ ਹੋਏ ਲੋਕ ਹੁੰਦੇ ਆ, ਇਸੇ ਕਰਕੇ ਹੀ ਇਹ ਲੋਕ ਇਹੋ ਜਿਹੀ ਸ਼ਬਦਾਵਲੀ ਵਰਤਦੇ ਆ।